ਹਾਂਜੀ ਤੇ ਵੈਲਕਮ ਆ ਤੁਹਾਡੇ ਸਾਰਿਆਂ ਦਾ ਸਾਡੇ ਨੈਕਸਟ ਵਲੌਗ 'ਚ। ਮੈਂ ਐਂਡਿੰਗ ਵੀ ਇਹਦੇ ਨਾਲ ਹੀ ਕੀਤੀ ਸੀ, ਆਹ ਜੀ ਸ਼ਕਲ ਨਾਲ ਤੇ ਸ਼ੁਰੂਆਤ ਵੀ ਇਹਦੇ ਨਾਲ ਹੀ ਕੀਤੀ ਆ। ਬਸ ਛਿੱਤਰ ਖਾਣੀ ਆਈ ਮੈਂ ਜ਼ਿੰਦਗੀ 'ਚ। ਯਾਰ ਆਪਾਂ ਨਾ ਇੱਧਰ ਆਏ ਹਾਂ, ਕਿੱਥੇ ਆਏ ਆਪਾਂ? ਬੰਸਲ ਦਾ ਫੂਡ ਹਾਊਸ ਨਾ। ਆਪਾਂ ਨੈਕਸਟ ਵਲੌਗ ਅੰਮ੍ਰਿਤਸਰ ਸ਼ੂਟ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਜਗ੍ਹਾ ਇੱਥੇ ਘੁੰਮਣ ਵਾਲੀਆਂ। ਮੈਂ ਵੀ ਫਸਟ ਟਾਈਮ ਆਈ ਹਾਂ। ਕਹਿੰਦੇ ਇੱਥੇ ਬਹੁਤ ਜ਼ਿਆਦਾ ਫੇਮਸ ਆ ਇਹ ਸਵੀਟ ਸ਼ੋਪ ਆ, ਨਾਲੇ ਰੈਸਟੋਰੈਂਟ ਆ, ਨਾਲ ਬਹੁਤ ਸੋਹਣਾ ਬਣਿਆ ਹੋਇਆ। ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕੀ ਖਾਂਦੇ ਹਾਂ, ਉਹ ਵੀ ਦਿਖਾਉਂਦੇ ਹਾਂ ਤੇ ਕੁਛ ਘਰਦਿਆਂ ਲਈ ਪੈਕ ਕਰਾ ਕੇ ਚੱਲਦੇ ਹਾਂ। ਥੈਂਕ ਯੂ ਸਰ। ਚਲ ਕਿੰਨਾ ਸੋਹਣਾ ਬਣਿਆ, ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ। ਚਲ ਕਿੱਦਾਂ ਲੱਗਾ? ਵਧੀਆ ਯਾਰ, ਉਹਨਾਂ ਦਾ ਵਿਚਾਰੇ ਦਾ ਵਰਤ ਹੈ, ਮੈਨੂੰ ਤਾਂ ਇਹਨਾਂ ਤਰਸ ਆ ਰਿਹਾ ਨਾ। ਆਪਾਂ ਇਹਦਾ ਵੀ ਜੁਗਾੜ ਲਾ ਲਿਆ, ਖਾਣ ਪੀਣ ਨੂੰ ਕੋਈ ਰਹਿ ਨਾ ਜਾਵੇ। ਕਿੰਨਾ ਸੋਹਣਾ, ਆਪਾਂ ਪ੍ਰਮੋਸ਼ਨ ਨਹੀਂ ਕਰ ਰਹੇ ਤੇ ਸਸਤੀ ਸੀ ਸਭ ਤੋਂ ਆਪਾਂ ਉਹ ਓਡਰ ਕੀਤੀ। ਹੁਣ ਆਪਾਂ ਇੱਧਰ ਆ ਗਏ ਹਾਂ। ਕਹਿੰਦੇ ਇਹਦੇ ਲੱਡੂ ਬਹੁਤ ਸਵਾਦ ਹੁੰਦੇ ਆ ਤਾਂ ਆਪਾਂ ਮੰਮਾ ਹੁਣਾਂ ਲਈ ਲੈ ਕੇ ਜਾਂਦੇ ਹਾਂ। ਮੰਮਾ ਨੂੰ ਵੈਸੇ ਵੀ ਲੱਡੂ ਬਹੁਤ ਪਸੰਦ ਹੈ। ਕਿੱਥੇ ਹੈ? ਵੇਅਰ ਇਜ਼ ਲੱਡੂ? ਲੱਡੂ ਢੂੰਡੋ। ਉੱਪਰ ਵਾਲੇ ਸੋਨੇ ਆ ਹਨਾ। ਹਾਂ, ਦਿਸ ਇਜ਼ ਵੈਰੀ ਬਿਊਟੀਫੁਲ ਲੱਡੂ, ਇਹ ਲੈਤੇ ਹੈ। ਚਲੋ ਚਲੋ ਜੀ, ਲੱਡੂ ਆਪਾਂ ਲੈ ਲਏ ਆ, ਬਹੁਤ ਬਿਊਟੀਫੁਲ ਪੈਕਿੰਗ। ਆ ਲਓ ਗੱਡੀ ਚਾਬੀ ਲਿਆਓ ਜੀ। ਇਸਕੋ ਯਹਾਂ ਪਰ ਰੱਖੋ, ਯਹਾਂ ਪਰ ਬੈਠੋ, ਚਲ ਰੈਸਟ ਕਰੋ, ਹਮ ਆਪਕੋ ਬਾਅਦ ਮੇ ਮਿਲਤੇ ਹੈਂ। ਆ ਲੋਕੇਸ਼ਨ ਪਤਾ ਹੋਣਾ ਅੰਮ੍ਰਿਤਸਰ ਵਾਲਿਆਂ ਨੂੰ ਤਾਂ, ਹੈਨਾ। ਅਤੇ ਆਪਾਂ ਜਾਏ ਸੀਗੇ ਅਨਿਲ ਸਟੋਰ। ਮੈਨੂੰ ਤਾਂ ਵੈਸੇ ਨਹੀਂ ਪਤਾ, ਮੈਂ ਫਸਟ ਟਾਈਮ ਵਿਜ਼ਿਟ ਕੀਤਾ, ਪਰ ਅੰਮ੍ਰਿਤਸਰ ਵਾਲਿਆਂ ਨੂੰ ਪਤਾ ਹੋਣਾ ਆ। ਅੱਜ ਆਪਾਂ ਇਹਨਾਂ ਦਾ ਸ਼ੂਟ ਕਰਨ ਆਏ ਹਾਂ, ਇਹਨਾਂ ਦੇ ਆਊਟਫਿਟ ਨਾਲ। ਮੇਕਅਪ ਮੇਰਾ ਦੀ ਨੇ ਕਰਨਾ ਆ ਅਤੇ ਸ਼ੂਟ ਮੇਰਾ ਕਿੰਨੇ ਕਰਨਾ ਮੈਨੂੰ ਹਾਲੇ ਪਤਾ ਨਹੀਂ। ਆਪਾਂ ਤੁਹਾਨੂੰ ਅੱਗੇ ਅੱਗੇ ਜਾ ਕੇ ਅਤੇ ਦਿਖਾਵਾਂਗੇ ਕੀ ਸਿਸਟਮ ਆ ਕੀ ਨਹੀਂ, ਠੀਕ ਆ। ਸੋ ਆਪਾਂ ਲੋਕੇਸ਼ਨ 'ਤੇ ਪਹੁੰਚ ਗਏ ਹੋਏ ਹਾਂ। ਬਹੁਤ ਸੋਹਣਾ ਆ ਰੂਮ, ਤੁਹਾਨੂੰ ਸੋਹਣਾ ਲੱਗਾ? ਮੈਮ ਤੁਸੀਂ ਆ ਕੇ ਇੱਦਾਂ ਬਹਿ ਗਏ ਹੋ ਜਿੱਦਾਂ ਤੁਹਾਡੀ ਫੋਟੋ ਖਿੱਚਣ ਲੱਗੇ ਹੁੰਦੇ ਆ, ਅਤੇ ਫਿਰ ਤੁਸੀਂ ਬਾਹਰ ਨਿਕਲ ਜਾਓ, ਧੁੱਪੇ ਖੜ੍ਹੇ ਹੋ ਥੋੜ੍ਹੀ ਦੇਰ। ਚਲੋ ਜੀ, ਡਰੈਸ ਦੇਖ ਕੇ ਆਈਏ। ਆਪਾਂ ਤੁਹਾਨੂੰ ਨਹੀਂ ਦਿਖਾਉਣੀ, ਮੈਂ ਦੇਖਣੀ ਆ, ਸਾਨੂੰ ਆਪਾਂ ਬਾਅਦ 'ਚ ਦਿਖਾਵਾਂਗੇ ਰੈਡੀ ਹੋ ਕੇ। ਚਲੋ ਜੀ, ਆਪਾਂ ਆਊਟਫਿਟ ਕਰ ਲਿਆ ਚੇਂਜ, ਪਰ ਆਪਾਂ ਲੁੱਕ ਨਾ ਰਿਵੀਲ ਕਰੀਏ ਨਾ। ਨਾ ਹੀ, ਬਿਲਕੁਲ ਨਹੀਂ, ਬਿਲਕੁਲ ਵੀ ਨਹੀਂ। ਸਿਮਰ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਤੁਹਾਨੂੰ ਵਧੀਆ ਲੱਗ ਰਿਹਾ? ਹਾਲੇ ਨਾ ਰਿਵੀਲ ਕਰੀਏ ਆਊਟਫਿਟ, ਥੋੜਾ ਜਿਹਾ ਦੇਖ ਲਓ ਕਲਰ ਕੁਲਰ ਕਿੱਦਾਂ। ਬਹੁਤ ਵਧੀਆ, ਸੋਹਣਾ ਲੱਗ ਰਿਹਾ ਮੈਨੂੰ ਤਿਆਰ ਕਰਕੇ। ਸੋਹਣਾ ਮੈਨੂੰ ਲੱਗ ਰਿਹਾ ਤਿਆਰ ਹੋ ਕੇ, ਮੈਨੂੰ ਮਜ਼ਾ ਆ ਰਿਹਾ ਤਿਆਰ ਕਰਕੇ, ਮਜ਼ਾ ਆ ਰਿਹਾ। ਚਲੋ ਆਪਾਂ ਤੁਹਾਨੂੰ ਹੁਣ ਮਿਲਦੇ ਹਾਂ, ਵਲੌਗ ਨਾਲ ਬਣੇ ਰਹੀਓ, ਫਿਰ ਆਪਾਂ ਪੂਰੀ ਲੁੱਕ ਰਿਵੀਲ ਕਰਾਂਗੇ ਵਿਦ ਮੇਕਅਪ, ਵਿਦ ਸ਼ੂਟ, ਵਿਦ ਪੋਜ਼ਿਸ, ਅਤੇ ਅੱਗੇ ਆਪਾਂ ਕੀ ਕਰਦੇ ਹਾਂ ਸਾਰਾ ਵਲੌਗ 'ਚ ਦੇਖਿਓ। ਨੈਕਸਟ ਵਲੌਗ 'ਚ ਤੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ, ਮੈਨੂੰ ਤਾਂ ਬਹੁਤ ਵਧੀਆ। ਸੈਕਿੰਡ ਲੁੱਕ ਹੈ ਨਾ ਸਾਡੀ? ਹਾਂ, ਇਹ ਸੈਕਿੰਡ ਲੁੱਕ ਆ, ਫਸਟ ਲੁੱਕ ਆਪਾਂ ਰਿਵੀਲ ਕਰਤੀ ਹੋਈ ਹੈ ਅਤੇ ਸ਼ੂਟ ਆਪਣਾ ਡਨ ਹੋ ਗਿਆ ਫਸਟ ਲੁੱਕ 'ਚ। ਹੁਣ ਸੈਕਿੰਡ ਲੁੱਕ ਆਪਾਂ ਕੰਟੀਨਿਊ ਕਰਨੀ ਹੈ, ਉਹ ਆਪਾਂ ਅੱਗੇ ਵਲੌਗ 'ਚ ਤੁਹਾਨੂੰ ਕਲਿੱਪ ਦਿਖਾਉਂਦੇ ਰਹਾਂਗੇ। ਅਤੇ ਸਰ ਨੇ ਸਾਡਾ ਸ਼ੂਟ ਕੀਤਾ, ਕਿੱਦਾਂ ਦਾ ਲੱਗਾ? ਬਹੁਤ ਵਧੀਆ ਲੱਗਿਆ। ਮੈਮ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਨਾਲ, ਬਹੁਤ ਵਧੀਆ ਕੋਆਪਰੇਟ ਕਰ ਰਹੀ ਹੈ। ਥੈਂਕ ਯੂ, ਬਹੁਤ ਸੋਹਣੇ ਐਕਸਪ੍ਰੈਸ਼ਨ ਹੈ ਮੈਮ ਦੇ, ਬਹੁਤ ਅੱਛਾ ਲੱਗ ਰਿਹਾ ਮੈਮ ਨੂੰ ਸ਼ੂਟ ਕਰਕੇ। ਮੈਨੂੰ ਤੁਸੀਂ ਮੂੰਹ ਥੱਲੇ ਕਰਕੇ ਖੜੇ ਹੋ, ਤੁਹਾਨੂੰ ਨਹੀਂ ਲੱਗ ਰਿਹਾ ਪਸੰਦ ਆ ਰਿਹਾ? ਠੀਕ ਹੈ, ਬਹੁਤ ਵਧੀਆ,
ठीक है नेचर, व्लॉग्स देखते हो, गुस्सा घट होगा, गुस्सा घट होगा, एटीट्यूड रखा। चलो ठीक है, आज तो मैं व्लॉग से एटीट्यूड रखना है, जिन्हें देखना है देखो, नहीं देखना ना देखो। देख लियो यार, करने सकते ही हो मैं। चलो आप हम मिलते हैं नेक्स्ट क्लिप, चंगा बाय बाय। चलो पटे तो लिखो तुझे गल सुन सुन ब्यूटीफुल लग रही है शूट हो गया अपना डन, हुन फिर अपना मिशन पिज़्ज़ा हर जगह शुरू हो जाता है। चलो आप हम फोटो आन गए, इंस्टाग्राम पेज मैं डिस्क्रिप्शन दिता हुआ, इंस्टाग्राम की प्रमोशन होगी नाली तुसी जाके चैक कर लियो, तो शूट की क्लिप्स मैं ऐड कर दूंगी, तो बाकी सारे के रिव्यूज आप ले ले हुए है ना, तुसी भी सुनियो बहुत वधिया रिव्यूज आए आ। हाँ जी तुही तुसी दसो तुसी कुछ कहना चाहोगे? नो नहीं तुसी बिजी हो? नो मेरा सिर दर्द हो रहा है। बस हूँ चल जो, मेरा सिर दर्द हो रहा है। मेरा मम्मा आंटी थानू किदा लगा? बहुत वधिया, तुसी ही दसो थानू मेकअप किसा लगा? बहुत ज्यादा वधिया, ओ तां सारयां नूं वधिया लगा, थानू मिल के वधिया लगा? हां जी हां जी बहुत वधिया, बहुत वधिया लगा। चलिए हुण चलिए, आऊंगे मेरे कोल आऊंगी जलंधर, पक्की गल है, पक्का पक्का पक्का। चलो हुण आपां दिनू जलंधर बुलाना है, फिर आपां उत्थे क्लिप शूट करांगे, नेक्स्ट है ना व्लॉग शूट करांगे आपां जलंधर, थानू जलंधर घुमाऊंगी। ठीक डन, चलो ठीक है चंगा, मैं मिशन पिज़्ज़ा कंप्लीट कर ला। थानू दसना सी कि आ दी हुणा दा रेस्टोरेंट आ ਜਿਹੜੇ ਅੰਮ੍ਰਿਤਸਰ ਵਾਲਿਆਂ ਨੂੰ ਤਾਂ ਪਤਾ ਹੋਣਾ ਨਹੀਂ ਕਿਹੜੀ ਏਰੀਆ ਪੈ ਜਾਂਦਾ, ਇਹ ਤਰਨ ਤਾਰਨ ਰੋਡ ਮੇਨ ਤੱਕ, ਤਰਨ ਤਾਰਨ ਰੋਡ ਵਾਲੀ ਸਾਈਡ ਪੈ ਜਾਂਦਾ ਆ, ਤੇ ਬਹੁਤ ਜ਼ਿਆਦਾ ਵਧੀਆ ਆ, ਜ਼ਰੂਰ ਆ ਕੇ ਇੱਕ ਵਾਰੀ ਟਰਾਈ ਕਰਿਓ, ਕੋਈ ਪ੍ਰਮੋਸ਼ਨ ਨਹੀਂ ਆ, ਮੈਂ ਨੋਰਮਲੀ ਕਹਿ ਰਹੀ ਹਾਂ, ਇਹਨਾਂ ਦਾ ਆਪਣਾ ਰੈਸਟੋਰੈਂਟ ਆ, ਤੇ ਮੈਂ ਜਿੰਨੀ ਵਾਰ ਆਉਂਗੀ ਫ੍ਰੀ ਫ੍ਰੀ ਪੱਕਾ, ਪੱਕੀ ਗੱਲ ਆ। ਚਲੋ ਹੁਣ ਤਾਂ ਮੈਂ ਬਸ ਫਿਰ ਆਉਂਦੀ ਰਹੂੰਗੀ। ਚਲੋ ਠੀਕ ਆ। हाँ जी, तो आप वापस आ गए थे जलंधर, तो हमने मैं ब्लॉग देख रही थी पिछले वाले, मैं टाइम नहीं मिले कल का, तो तुम बहुत वधिया रिस्पोंस दिता है, बहुत वधिया व्यूज आए आ ब्लॉग पर, इन्ना प्यार दे रहे हो सारे, तो थैंक यू सो मच, तुम इन्ना प्यार दे रहे हो। हमने घर आए हाँ, हाले कोई भी क्लिप नहीं शूट की, मम्मा हमने लड्डू लेके आई थी, मैं उन्होंने दिते आ, उन्होंने पसंद आए हो गए, अपन नेक्स्ट क्लिप चुना नू पूछते हैं कि ना नू किद्दा ना किद्दा देखो मुझ किन्ने टेस्टी लग रही है, खालो लड्डू किद्दा दे लगे, आपको लड्डू कैसे लगे? अच्छे लगे कैसे मतलब? कुछ लड्डू दे मुंह वाले। मम्मा कहते नहीं स्वाद सी, मैं कहा फिर वापस मोड़ा ने कहने नहीं स्वाद लगे, पैसे दे दो लड्डू पर का, उन लड्डू को तुझे मेरे। चलो जी, हाँ जी, तो रिव्यूज तुसी सुन ले है, इनू देख लो पहला यार। तो रिव्यूज तुसी सुन ले है, मम्मा दे भी पापा दे भी, वैसे ऑनेस्टली लड्डू बहुत ज़्यादा टेस्टी सगे, तो आप हुन मिलते हैं नैक्सट ब्लॉग दे विच, आपां इत्थे ब्लॉग दी करदे हैं एंडिंग, तो एक रिक्वेस्ट आ, प्लीज़ जरूर दस्यो सारे कि थानू ब्लॉग किदा का लगा पहली गल, तो एंड सैकेंड थिंग कमेंट करके दस्यो कि थानू केड़ी लुक ज़्यादा वधिया लगी, फर्स्ट वाली के सैकेंड वाली लुक ज़्यादा वधिया लगी, तो आ छोटा जिहा ब्लॉग है एक शूट का, आ थोड़े लिए एक छोटा जिहा सरप्राइज सेगा, तो मैनू परसनली शूट बहुत वधिया लगा, तो तुसी मैनू दस्यो कि थानू किदा का लगा। आपां मिलदे आ नैक्सट ब्लॉग च, नैक्सट ब्लॉग होगा या तो डेली रूटीन या फैमिली ब्लॉग,
ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਲੱਗਾ ਵਲੌਗ ਐਂਡ ਪਲੀਜ਼ ਰਿਕੁਐਸਟ ਹੈ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਬਸ ਬਾਏ ਬਾਏ